ਵੈਲਕਮ ਬੈਕ ਟੂ ਅਨਦਰ ਵੀਡੀਓ ਫਰੈਂਡਸ, ਸਵਾਗਤ ਹੈ ਤੁਹਾਡਾ ਐਮ ਐਸ ਬੀ ਵਲੋਗਸ ਦੀ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ। ਅਤੇ ਅੱਜ ਆਪਾਂ ਲੈ ਕੇ ਆਏ ਹਾਂ ਪਬਜੀ ਮੋਬਾਈਲ ਰੂਮ ਦੀ ਇੱਕ ਹੋਰ ਨਵੀਂ ਵੀਡੀਓ। ਰੂਮ ਜਾਂ ਰੈਂਗਲ ਦੇਖਦੇ ਹਾਂ ਕਿਹੜਾ ਲਾਉਂਦੇ। ਹੁਣ ਮੈਸੇਜਿਸ ਆਉਣ ਲੱਗ ਗਏ, ਸਾਰਿਆਂ ਦੇ ਸਾਰੇ ਰੈਡੀ ਨੇ। ਅਤੇ ਹੁਣ ਆਪਾਂ ਲਾਵਾਂਗੇ ਰੂਮ। ਅਤੇ ਆਹ ਮੇਰਾ ਮਾਈਕ ਹੈ, ਮਾਈਕ ਨੂੰ ਸਟਰੇਟ ਹੀ ਲਾ ਲੈਂਦਾ ਉਹਨਾਂ ਥੱਲੋਂ, ਮੈਨੂੰ ਜ਼ਿਆਦਾ ਵਧੀਆ ਨਹੀਂ ਲੱਗਦਾ। ਮੇਰੀ ਆਵਾਜ਼ ਵੀ ਕਲੀਅਰ ਆਉਂਦੀ ਇੱਥੋਂ, ਅਤੇ ਮੈਂ ਥੋੜ੍ਹਾ ਸਲੋ ਬੋਲ ਰਿਹਾ ਕਿਉਂਕਿ ਰਾਤ ਦੇ ਅਤੇ ਸਾਰੇ ਸੁੱਤੇ ਹੋਣਗੇ। ਸਾਰਿਆਂ ਦੇ ਮੈਸੇਜ ਆ ਗਏ ਪਰ ਲੌਬੀ ਕੋਈ ਵੀ ਨਹੀਂ ਆਇਆ। ਬਟ ਅਤੇ ਜੇ ਤੁਸੀਂ ਸਟ੍ਰੀਮਿੰਗ ਦੀ ਵੀਡੀਓ ਦੇਖਣਾ ਚਾਹੁੰਦੇ ਹੋ ਮੈਂ ਸਟ੍ਰੀਮ ਕਰਾਂ, ਤਾਂ ਪਲੀਜ਼ ਕਮੈਂਟ ਸੈਕਸ਼ਨ 'ਚ ਦੱਸ ਦਿਓ, ਮੈਂ ਸਟ੍ਰੀਮ ਵੀ ਕਰ ਦੂੰਗਾ। ਅਤੇ ਕਿਹੜੀ ਗੇਮ ਦੀ ਕਰਨਾ ਚਾਹੁੰਦੇ ਹੋ ਇਹ ਵੀ ਦੱਸ ਦਿਓ। ਕੋਈ ਆਇਆ ਨਹੀਂ ਯਾਰ ਹਜੇ ਤੱਕ। ਅਤੇ ਮੈਨੂੰ ਮੈਸੇਜ ਆ ਗਿਆ ਸੀ ਫਰੈਂਡ ਦਾ, ਤਾਂ ਕਰਕੇ ਨੰਬਰ ਨਹੀਂ ਨਾ ਦਿਖਾ ਸਕਦਾ ਮੈਂ ਇਹਦੇ ਵਿੱਚ ਵੀਡੀਓ ਦੇ, ਤਾਂ ਕਰਕੇ ਮੈਨੂੰ ਪੌਜ਼ ਕਰਨੀ ਪਈ ਵੀਡੀਓ। ਮੇਰੀ ਆਵਾਜ਼ ਗੂੰਜ ਤਾਂ ਨਹੀਂ ਰਹੀ, ਕਮੈਂਟ ਸੈਕਸ਼ਨ 'ਚ ਦੱਸੋ ਜੀ ਆਵਾਜ਼ ਦੀ ਥੋੜ੍ਹੀ ਪ੍ਰੋਬਲਮ ਹੋਈ। ਮੈਂ ਅਗਲੀ ਵਾਰ ਮਾਈਕ ਵਧੀਆ ਲਾ ਦੂੰਗਾ ਫਿਰ। ਮੋਲਾ ਜੱਟ ਪ੍ਰਿੰਸ ਦੋ ਬੰਦੇ ਆ ਗਏ, ਰੂਮ ਬਣਾਉਣ ਵਾਲੀ ਆਈਡੀ ਵੀ ਆ ਗਈ। ਮੇਰੇ ਕੋਲ ਆ ਵੀ ਪਿਆ ਗੇਮਿੰਗ ਵਾਲਾ ਰਿਮੋਟ ਪਬਜੀ ਵਾਲਾ, ਬਟ ਮੈਂ ਇਹਦੇ ਨਾਲ ਖੇਡਦਾ ਨਹੀਂ ਹੈਗਾ। ਗੇਮ ਕੰਟਰੋਲਰ ਮੈਂ ਜ਼ਿਆਦਾਤਰ ਹੱਥਾਂ ਨਾਲ ਹੀ ਖੇਡਣ ਦੀ ਕੋਸ਼ਿਸ਼ ਕਰਦਾ। ਇੱਥੇ ਸੈੱਟ ਮਾਈਕ ਨੂੰ ਘੁੰਮਾ ਲੈਂਦੇ ਹਾਂ ਅਤੇ ਕੰਫਰਟੇਬਲ ਹੋ ਕੇ ਖੇਡਦੇ ਹਾਂ। ਬਿਲਕੁਲ ਮੈਨੂੰ ਥੋੜ੍ਹਾ ਅੱਗੇ ਕਰ ਲੈਂਦਾ, ਹੁਣ ਆਵਾਜ਼ ਬਿਲਕੁਲ ਸਹੀ ਆ ਰਹੀ ਹੈ ਮੇਰੀ। ਤਿੰਨ ਬੰਦੇ ਰੂਮ 'ਚ ਪਹੁੰਚ ਗਏ ਆਲਰੇਡੀ। ਮੈਨੂੰ ਲੱਗਦਾ ਮੇਰੀ ਮੈਨੂੰ ਰਿਕੁਐਸਟ ਭੇਜੀ ਸੀ, ਮੈਂ ਚੱਕਣੀ ਭੁੱਲ ਗਿਆ। 6, 7 ਅਤੇ 8 ਰੂਮ ਆ ਗਿਆ। ਕਈ ਵਾਰ ਉਹ ਆਈਡੀ ਦੇ ਵਿੱਚ ਸ਼ੋਅ ਨਹੀਂ ਹੁੰਦਾ ਬੰਦਾ ਔਨਲਾਈਨ ਬੈਠਾ, ਬਟ ਔਨਲਾਈਨ ਬੈਠਾ ਹੁੰਦਾ ਬੰਦਾ, ਤਾਂ ਕਰਕੇ ਮੈਨੂੰ ਵਟਸਐਪ 'ਤੇ ਸੈਂਡ ਕਰ ਦਿੰਦੇ ਨੇ ਰੂਮ ਕਾਰਡ ਜਦੋਂ ਮੈਂ ਔਨਲਾਈਨ ਨਹੀਂ ਸ਼ੋਅ ਹੁੰਦਾ। ਅਤੇ ਰੂਮ 'ਚ ਆਪਾਂ ਐਂਟਰ ਹੋ ਗਏ, ਤਿੰਨ ਤਿੰਨ ਬੰਦੇ ਹੋ ਗਏ ਹਾਂ। ਸਰਦਾਰ ਤੇਰਾ ਫਿਰ ਆ ਗਿਆ ਇੱਧਰ ਆ ਜਾ। ਮੈਂ ਆਪਣੇ ਬ੍ਰਦਰ ਦੀ ਟੀਮ 'ਚ ਹਾਂ, ਦੋਨੇ ਸਾਈਡ ਮੇਰੇ ਬ੍ਰਦਰ ਨੇ। ਅਤੇ ਰਾਈਟ 'ਤੇ ਤੁਸੀਂ ਦੇਖ ਰਹੇ ਹੋ ਯਸ਼ ਸੰਧੂ, ਥਰਡ ਨੰਬਰ 'ਤੇ ਯਸ਼ ਸੰਧੂ 1, ਉਹ ਵੀ ਮੇਰਾ ਬ੍ਰਦਰ ਹੈ। ਲੈਫਟ 'ਤੇ ਰਾਂਝਾ ਜੱਟ ਪਹਿਲੇ ਨੰਬਰ 'ਤੇ, ਉਹ ਵੀ ਮੇਰਾ ਬ੍ਰਦਰ, ਮੇਰੇ ਭੂਆ ਦੇ ਮੁੰਡੇ ਨੇ ਦੋਨੋਂ। ਯਾਰ ਮੈਨੂੰ ਲੱਗਦਾ ਮੇਰੀ ਆਵਾਜ਼ ਨਾ ਇੰਨੀ ਦੂਰੋਂ ਕੈਚ ਨਹੀਂ ਕਰਦੀ ਹੈਗੀ, ਮੈਂ ਮਾਈਕ ਨੂੰ ਥੋੜ੍ਹਾ ਕਲੋਜ਼ ਲੈ ਲੈਣਾ। ਬਾਈਕ ਥੋੜ੍ਹਾ ਇੱਥੋਂ ਭੈੜਾ ਲੱਗ ਰਿਹਾ, ਮੈਂ ਥੋੜ੍ਹਾ ਜਿਹਾ ਸਕੀਮ ਲਾਈ ਹੈ, ਮਤਲਬ
ਇਹ ਖੜਦਾ ਨਹੀਂ ਸੀ ਮਾਈਕ ਕਿਤੇ, ਮੈਂ ਸਟੈਂਡ 'ਤੇ ਖੜਾਤਾ ਇਹਨੂੰ। ਐਂਡ ਨਾ ਕਰਿਓ, ਥੋੜ੍ਹਾ ਭੈੜਾ ਲੱਗ ਰਿਹਾ, ਬਟ ਠੀਕ ਹੈ ਯਾਰ, ਮੈਂ ਆਪਣੇ ਬ੍ਰਦਰ ਦੀ ਟੀਮ 'ਚ ਹੀ ਹਾਂ। ਇਹ ਮੇਰਾ ਵੱਡਾ ਭਰਾ ਹੈ, ਉਹ ਛੋਟਾ ਭਰਾ ਹੈ। ਏਸਸ ਦਾ ਫੋਨ ਲਵਾਂਗੇ ਇਸ ਤੋਂ ਬਾਅਦ, ਏਸਸ ਡੋਗ 2 or 3 ਤਾਂ ਨਹੀਂ ਹਜੇ ਕਰਦੇ, ਲੈ ਕੇ ਦਿੰਦੇ, 2 ਹੀ ਲਵਾਂਗੇ। ਯਾਰ ਪਿਆਸ ਲੱਗੀ ਜਾ ਰਹੀ। ਸਭ ਤੋਂ ਜ਼ਰੂਰੀ ਚੀਜ਼ ਅਸੀਂ ਮੈਂ ਚਲਾਉਂਦੇ ਇਕੱਲੇ M24 ਦਾ। ਅਤੇ ਮਾਇੰਡ ਨਾ ਕਰਿਓ, ਅਸੀਂ ਬੰਦੇ ਨੂੰ ਮਾਰ ਕੇ ਇੱਕ ਦੂਜੇ ਨੂੰ ਕੁਛ ਨਾ ਕੁਛ ਬੋਲਦੇ ਰਹਿੰਦੇ ਹਾਂ। ਅਸੀਂ ਸਾਰੇ ਫਰੈਂਡ ਹੀ ਹਾਂ, ਅਤੇ ਉਹ ਮੇਰੇ ਤੋਂ ਵੱਡੇ ਨੇ ਤਾਂ ਬੋਲਦੇ ਰਹਿੰਦੇ ਨੇ, ਅਤੇ ਅਸੀਂ ਵੀ ਬੋਲਦੇ ਹਾਂ। ਮਾਇੰਡ ਨਾ ਕਰਿਓ ਜ਼ਿਆਦਾ ਵੀਡੀਓ ਦੇ ਵਿੱਚ, ਅਤੇ ਸ਼ੁਰੂ ਕਰਦੇ ਹਾਂ ਅੱਜ ਦੀ ਵੀਡੀਓ। ਮੇਰੇ ਤਾਂ ਗੇਮ ਹੀ ਨਹੀਂ ਚੱਲ ਰਹੀ, ਪਿੰਗ ਹੀ ਹਾਈ ਹੈ ਮੇਰੀ। ਮੈਂ ਕੱਢਦਾ ਪ੍ਰਿੰਸ ਵੀਰਾਂ ਨੂੰ ਮੌਲੇ ਵੀਰ ਟਾਈਮ ਸਿਰ। ਯਾਰ ਵੀਡੀਓ ਰਿਕਾਰਡਿੰਗ ਕਰਕੇ ਗੇਮ ਹੀ ਨਹੀਂ ਚੱਲ ਰਹੀ। ਇੱਕ ਮੇਰਾ ਯਾਰ ਇਹ ਜਿਹੜੀ ਆ ਰਿਕਾਰਡਿੰਗ ਕਰ ਰਿਹਾ ਨਾ, ਦੂਜੇ ਰਿਕਾਰਡਰ ਨਾ ਕਰੂੰਗਾ, ਲੈਗ ਬਹੁਤ ਕਰ ਰਿਹਾ। ਹੁਣ ਦੱਸੋ ਜਵਾਕ।